ਤਾਂ ਮੈਂ ਗੱਲ ਕਰ ਰਿਹਾ ਸੀ ਕਾਪੀਰਾਈਟ ਹੈ ਨਾ ਜਿਹੜਾ ਪ੍ਰਗਟ ਨੇ ਦਿੱਤਾ, ਮਤਲਬ ਫਲੋਪ ਯੂਟਿਊਬਰ ਨੇ ਕਿਸਾਨ ਇੱਥੇ ਮੰਗਾਉਣੇ ਸ਼੍ਰੀ ਬਰਾੜ ਫਸਾਨਾ ਖਾਣ ਮਿਲਕਰ ਤੌਲਕ ਕੀ ਆ। ਬਲੌਗ 'ਚ ਮੈਂ ਸਾਰੀ ਕਹਾਣੀ ਦੱਸਦਾ ਕਿਸਾਨ ਇੱਥੇ ਮੰਗਾਉਣੇ ਦੀ, ਹੈ ਨਾ, ਅਤੇ ਫਲੋਪ ਸ਼ੁਰੂ ਤੋਂ ਦੱਸਦਾ ਮੈਂ। ਵੈਲਕਮ ਟੂ ਨਿਊ ਬਲੌਗ, ਅਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਧੁੰਦ ਨੇ ਕਰ ਰੱਖਿਆ ਬੁਰਾ ਹਾਲ, ਅਤੇ ਮੈਂ ਜਾਣਾ ਕਲਾਸ ਲਾਉਣ, ਹੈ ਨਾ, ਕਿਉਂਕਿ ਜੇ ਚੜ੍ਹਨਾ ਕੈਨੇਡਾ ਵਾਲਾ ਜਹਾਜ਼ ਅਤੇ ਝੰਡਾ ਦਿਖਾਉਣਾ ਇੰਡੀਆ ਵਾਲਿਆਂ ਨੂੰ ਲਾਲ, ਹੈ ਨਾ। ਅਤੇ ਯਾਰ ਧੁੰਦ ਦੇਖੋ, ਵਾਹਗਰੂ ਵਾਹਗਰੂ ਕਰਦੀ ਆ ਹੈ ਨਾ ਦੁਨੀਆ, ਅਤੇ ਮਤਲਬ ਆਪਣਾ 10 ਫੁੱਟ ਤੱਕ ਦੀਂਦਾ, ਬਾਕੀ ਨਹੀਂ ਦੀਂਦਾ। ਬੀਬੀਸੀ ਦੇ ਉੱਤੇ ਜੱਟ ਛਾਏ ਗੇੜ ਤਾਂ ਗਾਣਾ ਨਾ ਕਾਪੀਰਾਈਟ ਦੇ ਕੇ ਪ੍ਰਗਟ ਨੇ ਖਰਾ ਤਾ ਨਾ ਜਰਾ ਕਿਉਂ ਦਿੱਤਾ, ਕਿਉਂਕਿ ਅਗਲੇ ਦਾ ਕਾਪੀਰਾਈਟ ਉਹ ਕਰਿਆ ਵਾ ਯਾਰ। ਹੁਣ ਅਸੀਂ ਯੂਜ਼ ਕਰ ਲਈਏ ਲਾ ਕੋਈ ਵੀ ਬਲੌਗ 'ਤੇ, ਹੈ ਨਾ, ਉਹਦੀ ਕਾਪੀਰਾਈਟ ਦੇ ਦਿੰਦੇ ਨੇ। ਹੋ ਗਿਆ ਉਪੜੇ ਖੋਂਚਿਆਂ 'ਚ ਪੈ ਗਈ ਮਿੱਟੀ, ਤਾਂ ਮੈਂ ਗੱਲ ਕਰ ਰਿਹਾ ਸੀ ਕਾਪੀਰਾਈਟ ਹੈ ਨਾ ਜਿਹੜਾ ਪ੍ਰਗਟ ਨੇ ਦਿੱਤਾ, ਮਤਲਬ ਫਲੋਪ ਯੂਟਿਊਬਰ ਨੇ ਕਿਸਾਨ ਇੱਥੇ ਮੰਗਾਉਣੇ ਸ਼੍ਰੀ ਬਰਾੜ ਫਸਾਨਾ ਖਾਣ ਮਿਲਕਰ ਤੌਲਕ, ਤਾਂ ਉਹ 100% ਸਹੀ ਹੈਗਾ। ਅਤੇ ਕਿਉਂਕਿ ਐਜ਼ ਆ ਉਹ ਕੰਟੈਂਟ ਕ੍ਰੀਏਟਰ ਦੇਖੀਏ, ਹੈ ਨਾ, ਤਾਂ ਜਿਵੇਂ ਆਪਾਂ ਯੂਜ਼ ਕਰਦੇ ਹਾਂਗੇ 8 ਸਕਿੰਟ ਦਾ ਹੁੰਦਾ ਮਿਨੀਮਮ, ਪੋਲਿਸੀ 'ਚ ਕਿਹਾ ਵਾ ਯੂਟਿਊਬ ਨੇ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਪਰ ਹੁਣ ਇਹ ਗਾਇਕ ਉਹਦੀ ਕਾਪੀਰਾਈਟ ਦੇ ਦਿੰਦੇ ਨੇ। ਹੁਣ ਜਿਵੇਂ ਮੈਂ ਵੀਡੀਓ 'ਚ ਇਹਦਾ ਗਾਣਾ ਯੂਜ਼ ਕਰਿਆ, ਸਿੰਗਰ ਆ ਹੈ ਤਾਂ ਇਹ ਨਹੀਂ ਗਾ, ਅਤੇ ਮਤਲਬ ਇਹ ਉਹਦੀ ਕਾਪੀਰਾਈਟ ਦੇ ਦੂਗਾ ਵੀ ਮੈਂ ਪੈਸੇ ਕਮਾਵਾਂ ਵੀ ਸਾਡੀ ਚੀਜ਼ ਚੱਲ ਰਹੀ ਆ। ਹੁਣ ਪ੍ਰਗਟ ਦੀ ਕਰੀ 25 ਸਕਿੰਟ ਦੀ ਵੀਡੀਓ ਯੂਜ਼, ਉਹਨਾਂ ਨੇ 25 ਸਕਿੰਟ ਦੀ ਵੀਡੀਓ ਯੂਜ਼ ਕਰੀ, ਉਹ ਪੈਸੇ ਕਮਾ ਰਹੇ, ਨਾ ਉਹਨਾਂ ਨੇ ਕੋਈ ਕ੍ਰੈਡਿਟ ਦਿੱਤਾ, ਨਾ ਉਹਨਾਂ ਨੇ ਐਂ ਕਿਹਾ ਵਾ ਵੀ ਆਹ ਗਾਣੇ ਦਾ ਰੈਵਨਿਊ ਆ ਜਿਹੜਾ ਅਰਨ ਹੋਊਗਾ ਵੀ ਉਹ ਅਸੀਂ ਕਿਸਾਨਾਂ ਨੂੰ ਡੋਨੇਟ ਕਰਾਂਗੇ। ਤਾਂ ਇਹ ਕਿਤੇ ਨਾ ਕਿਤੇ ਕੋਈ ਲੌਜਿਕ ਹੀ ਜਾਂ ਨਹੀਂ ਬਣਦਾ, ਤਾਂ ਕਰਕੇ ਕਾਪੀਰਾਈਟ 100% ਠੀਕ ਦਿੱਤਾ। ਅਤੇ ਆਪਣੇ ਤਾਂ ਇਹ ਬਿਆਨ ਸੀ ਆਪਾਂ ਦਾ ਸਪੋਰਟ 'ਚ ਆ ਪ੍ਰਗਟ ਦੀ 'ਚ। ਬਾਕੀ ਅਸੀਂ ਖੇਤ ਜਾ ਰਹੇ ਹੁਣ ਹਰਾ ਲੈਣ, ਅਤੇ ਹਰਾ ਮੈਂ ਪਹਿਲਾਂ ਰੇੜੀ ਲੈ ਗਿਆ ਸੀਗਾ ਅਤੇ ਪੱਲੀ ਰਹਿ ਗਈ ਸੀ, ਐਂਡ ਬਲੌਗ ਹੋਊਗਾ, ਹੈ ਨਾ। ਉਹ ਸਾਹਮਣੇ ਲੱਗ ਰਹੀ ਆ ਮੰਮੀ ਪਾਥੀਆਂ ਵਿੱਚਣ, ਕਿਉਂਕਿ ਮੇਰੀ ਮਾਸੀ ਕੇ ਲਾ ਰਹੇ ਨੇ ਗਹਾਰਾ ਗਹਾਰਾ ਦਿਖਾਉਂਦਾ, ਲਿਆ ਮੈਂ ਰੇੜੀ ਛੇਤੀ ਹਰਾ ਪਾਉਣਾ। ਕੀ ਵੀਡੀਓ ਨਾ ਪਾਵਾਂ ਤੇਰੀ ਪਾਥੀਆਂ ਕਿਆ ਲਵੇਰ ਕੀ ਹੁੰਦਾ, ਮੰਮੀ ਕਹਿੰਦੀ ਮੇਰੀ ਪਾਥੀਆਂ ਵਾਲੀ ਵੀਡੀਓ ਨਵਾ ਦੀ। ਮਾਂ ਨਾ ਮਾਂ ਆਪਾਂ ਰੀਅਲਟੀ ਹਾਂ, ਆਪਾਂ ਲੋਕਾਂ ਦੀਆਂ ਬੁੜੀਆਂ ਵਾਂਗੂ ਜਾਂ ਊਂ ਆਪਾਂ ਝੂਠੇ ਨਹੀਂ ਹੈਗੇ ਰਿਸ਼ਤੇ ਰੁਸ਼ਤੇਦਾਰਾਂ ਵਾਂਗੂ ਕਿਸੇ ਵਾਂਗੂ। ਮੇਰਾ ਹਰਾ ਤਾਂ ਲੈ ਕੇ ਜਾਣਾ ਘਰੇ, ਪਰ ਮੈਨੂੰ ਐਂ ਮੈਂ ਪਹਿਲਾਂ ਕੁੱਟ ਗਿਆ ਵੱਢ ਗਿਆ ਅੱਜ ਮੇਰੇ ਚਾਚੇ ਨੇ, ਹੈ ਨਾ, ਅਤੇ ਮੈਂ ਕੁੱਟਤਾ ਤੀ। ਅਤੇ ਹੁਣ ਮੈਂ ਕਿਹਾ ਚੱਲ ਰੀਲ ਬਣਾਉਂਦਾ ਕੋਈ ਇੰਸਟਾਗ੍ਰਾਮ ਵਾਸਤੇ, ਇੰਸਟਾਗ੍ਰਾਮ 'ਤੇ ਜ਼ਰੂਰ ਐਡ ਕਰ ਲਓ, ਇੱਥੇ ਨਾਮ ਹੁੰਦਾ ਹਰੇਕ ਵੀਡੀਓ 'ਚ। ਅਤੇ ਠੰਡ ਦੇਖੋ ਬੜੂ, ਗਾਣਾ ਦਾ ਸੁਣਾ ਦੇ ਕੋਈ, ਇਹ ਮੇਰਾ ਪੱਕਾ ਮਿੱਤਰ ਆ, ਪੱਕਾ ਮਿੱਤਰ, ਗਾਣਾ ਸੁਣਾ ਦੇ ਫਿਰ ਐਂ ਕਿਹਨੂੰ ਕਰਦਾ, ਸੁਣਾ ਦੇ ਇੱਕ ਸੁਣਾ ਦੇ, ਮੈਂ ਇੱਧਰ ਕਰ ਲਿਆ ਮੂੰਹ, ਚੱਲ ਉਹ ਸੁਣਾ ਦੇ ਨਾ ਯਾਰ, ਐਂ ਕਿਹਨੂੰ ਹਾੜੇ ਕਢਾਉਂਦਾ ਇਹਨੇ, ਜਾਂ ਵੀਡੀਓ ਦਾ ਟਾਈਮ ਲੰਘੀ ਜਾਂਦਾ। ਓਏ ਇਹ ਨਹੀਂ ਸੁਣਾਉਂਦਾ, ਆਪਣਾ ਗਾਣਾ ਤੁਹਾਨੂੰ ਜ਼ਰੂਰ ਮਿਲੂਗਾ ਤੁਹਾਨੂੰ ਫਿਊਚਰ 'ਚ, ਜੇ ਕੈਨੇਡਾ ਪਹੁੰਚ ਗਏ ਤਾਂ ਰੀਲ ਕੱਢਾਂਗੇ, ਜੇ ਇੱਥੇ ਪੰਜਾਬ 'ਚ ਰਹਿ ਗਏ ਤਾਂ ਇੱਕ ਟਰੈਕ ਸਿੰਗਲ ਟਰੈਕ। ਆਹ ਦੇਖੋ ਬਰਸੀਨ, 2 ਦਿਨਾਂ 'ਚ ਇੰਨਾ ਖਾਲੀ ਕਰਤਾ, ਮੈਂ ਲਾਸਟ ਵਲੌਗ 'ਚ ਵੱਢਿਆ ਤੀ, ਹੈ ਨਾ, 2 ਦਿਨਾਂ 'ਚ ਇੰਨਾ ਲਾਤਾ। ਇਹ ਹੈਗਾ ਅੱਥਣ ਦਾ ਟਾਈਮ, ਅਤੇ ਆਪਾਂ ਸਿੱਟ ਦਈਏ ਕੱਖ, ਤੂੜੀ ਪਾਈ ਪਈ ਹੈਗੀ, 5 ਮਿੰਟ ਮਾਰਾਂਗੇ ਆਪਾਂ ਤਾਂ।
ਲਈ ਤੇ ਠੰਡ ਬਹੁਤ ਜ਼ਿਆਦਾ ਆ। ਇਹ ਗੀਜ਼ਰ ਲਵਾਤਾ ਜਿਵੇਂ ਮੈਂ ਪਿਛਲੇ ਬਲੌਗ 'ਚ ਗਿਆ ਸੀ ਨਾ, ਤਾਂ ਦੇਖਦੇ ਇਹਦਾ ਪਾਣੀ ਕਿਵੇਂ ਆ, ਕਿਹੜੀ ਕੰਪਨੀ ਆ, ਹੈਗੀ ਆ ਕਰੌਂਟਨ ਚੱਲ ਪਿਆ ਇਹ। ਰੋਟੀ 'ਚ ਪਾਣੀ ਦਊਗਾ ਗਰਮ, ਠੰਡਾ ਗਾ ਹਾਲੇ। 25 ਲੀਟਰ ਪਾਣੀ ਦੀ ਕਪੈਸਿਟੀ ਹੈ ਇਹਦੀ, ਅਤੇ ਬਾਕੀ ਆਪਾਂ ਨੂੰ ਪੈ ਗਿਆ ਇਹ 4500 ਦਾ, 4500 ਦਾ ਗੀਜ਼ਰ ਪੈ ਗਿਆ। ਤਾਂ ਪਤਾ ਨਹੀਂ 10 ਮਿੰਟ, ਪਤਾ ਨਹੀਂ 15 ਮਿੰਟ ਲੱਗਦੇ ਨੇ ਇਹਨੂੰ ਉਹ ਕਰਨ 'ਚ ਗਰਮ। ਹਾਂ ਓਕੇ, ਹੁਣ ਹੋ ਗਿਆ ਖੇਡਣ ਦਾ ਟਾਈਮ, ਖੇਡਣ ਚੱਲਦੇ ਹਾਂਗੇ ਆਪਾਂ। ਬਾਬਾ ਸਤਿ ਸ਼੍ਰੀ ਅਕਾਲ। ਹਲੇ ਵੱਜੇ ਨੇ 6 ਅਤੇ ਧੁੰਦ ਹੁਣੀ ਪੈਣ ਲੱਗ ਗਈ, ਅਤੇ ਡਾਲੀ ਵਾਲਾ ਬਾਬਾ ਆ ਗਿਆ ਸੀ ਹੈ ਨਾ। ਤਾਂ ਗਰਮੀਆਂ 'ਚ ਉਲਟ ਹੁੰਦਾ, ਗਰਮੀਆਂ 'ਚ ਕੰਟਰਾਡਿਕਟ ਕਰਦੀ ਹੈਗੀ ਸਟੇਟਮੈਂਟ ਨਹੀਂ ਸਿਚੁਏਸ਼ਨ। 8 ਵਜੇ ਬਾਬਾ ਆਉਂਦਾ ਹੁੰਦਾ ਡਾਲੀ ਵਾਲਾ, ਅਤੇ 8 ਵਜੇ 8:30 ਰੋਟੀ ਖਾਣੀ, ਹੁਣ ਤਾਂ ਕਈ 6 ਵਜੇ 6:30 ਵਜੇ ਖਾ ਲੈ। ਆਪਾਂ ਖੇਡਣ ਚੱਲਦੇ ਹਾਂ, ਤਾਂ ਦੇਖਿਓ ਜੇ ਅੱਜ ਖੇਡੇ। ਬਾਕੀ ਹਵਾ ਬਹੁਤ ਚੱਲ ਰਹੀ ਆ, ਬਾਕੀ ਆ ਬਲੌਗ 'ਚ ਮੈਂ ਸਾਰੀ ਕਹਾਣੀ ਦੱਸਦਾ ਕਿਸਾਨ ਇੱਥੋਂ ਗਾਣੇ ਦੀ ਹੈ ਨਾ, ਅਤੇ ਫਲੌਪ ਸ਼ੁਰੂ ਤੋਂ ਦੱਸਦਾ ਮੈਂ। ਮੈਂ ਗੱਲ ਕਰ ਰਿਹਾ ਸੀ ਨਾ ਫਲੌਪ ਨਹੀਂ, ਉਹ ਬੰਦਾ ਬਹੁਤ ਸਕਸੈਸਫੁੱਲ ਆ, ਉਹ ਸੋਚ ਪੱਖੋਂ ਵੀ ਅਤੇ ਹਰ ਚੀਜ਼ ਪੱਖੋਂ ਬਹੁਤ ਵਧੀਆ ਸਕਿੱਲ ਨੇ ਉਹ ਬਾਈ ਦੇ ਪਰਗੜ ਦੇ, ਅਤੇ ਹੈ ਨਾ ਆਖੀ ਸਟੋਰੀ ਦੱਸਦਾ। ਅਤੇ ਹੁਣ ਚੱਲਦੇ ਹਾਂ ਆਪਾਂ ਲਹਿਰੇ, ਲਹਿਰੇ ਖਾ ਕੇ ਆਉਂਦਾ ਮੈਂ ਬਰਗਰ ਮਖਾ। ਚੱਲ ਯਾਰ ਚੱਲਦੇ ਹਾਂਗੇ, ਅਤੇ ਲਾਈਟ ਦੁਬਾਰਾ ਲਾਈ ਆ ਮੈਂ, ਚੱਲ ਭੁੱਖ ਲੱਗ ਰਹੀ, ਨਾਲੇ ਮਾੜਾ ਜਿਹਾ ਕੰਟੈਂਟ ਜਿਹਾ ਆਜੂਗਾ, ਤਾਂ ਚੱਲਦੇ ਹਾਂ ਬਰਗਰ ਸਪਾਈਸੀ। ਇਹ ਹੈਗਾ ਪਲਟੀਨਾ, ਅਤੇ ਆਹ ਹੈਗਾ ਛਲਪੈਂਡਰ, ਬੈਸਟ ਪ੍ਰਾਈਸ ਦਾਰੂ ਇਜ਼ ਪ੍ਰਾਈਡ ਬਲੈਂਡਰ, ਅਤੇ ਆਪਾਂ ਚੱਲਦੇ ਹਾਂ ਲਹਿਰੇ ਔਨ ਆਵਰ ਸਪਲੈਂਡਰ। ਜਿਹੜਾ ਕਰੇਟਾ ਵਾਲਾ ਜਾਂਦਾ ਅਤੇ ਉੱਥੇ ਔਖਾ ਜਿਹਾ ਹੋ ਗਿਆ, ਮੈਂ ਇੱਕ ਲੱਤ ਬਰੇਕ ਜੇ ਮਾਰੇ, ਅਤੇ ਮੈਂ ਇਹਨੂੰ ਕਿਹਾ ਮਸਤਾਜ ਪੈਗ ਲੱਗਦਾ ਸੀ ਵੀ ਸ਼ੇਰ ਬਣਦਾ ਰਿਹਾ। ਇਹ ਕੀ ਆ ਮੰਡੀ ਹੈ ਨਾ, ਜਿਹੜੀ ਮੈਂ ਪਿਛਲੇ ਬਲੌਗ 'ਚ ਦਿਖਾਈ ਸੀ, ਅਤੇ ਸਬਜ਼ੀ ਆ ਗਈ ਇੱਦੋਂ ਪਹਿਲਾਂ ਹੀ ਤੜਕੀ, 6:30 ਬੋਲੀ ਲੱਗਦੀ ਆ। ਆਹ ਦੇਖੋ ਆਹ ਮੰਡੀ ਆ ਆਪਣੇ ਸ਼ਹਿਰ ਦੀ, ਆ ਕੇ ਬਸ ਐਟ ਦਾ ਸ਼ੋਪ ਆਫ ਬੈਸਟ ਬਰਗਰ ਮੇਕਰਸ ਆਫ ਲਹਿਰਾ ਗੰਗਾ। ਇੱਕ ਬਰਗਰ ਕਰਿਓ ਵੀਰੇ, ਅੱਜ ਹੈਗਾ ਇਹ ਖਾਲੀ, ਸਾਰਾ ਖਾਲੀ ਪਿਆ ਦੇਖੋ। ਰੋਟੀ ਲਾਉਣ ਲੈ ਗਈ ਕਾਲੀ, ਅਤੇ ਹੁਣ ਮੈਂ ਤੁਹਾਨੂੰ ਦੱਸਦਾ ਸਟੋਰੀ, ਅਤੇ ਮੈਂ ਵੀ ਪੈਰ ਡੋਬੀ ਖੜ੍ਹੇ ਆਉਂਦੇ ਗਰਮ ਪਾਣੀ 'ਚ ਅੱਗ ਪਿਆ, ਅਤੇ ਗੱਲ ਉਹੀ ਹੈ ਮੈਂ ਪ੍ਰਗਟ ਨੂੰ ਆਇਆ ਮੈਸੇਜ ਹੈ ਨਾ ਇੱਕ ਦੋਸਤ ਦਾ ਵੀ ਜਿਹੜੀ ਕਲਿੱਪ ਯੂਜ਼ ਹੋਈ ਆ 25 ਸਕਿੰਟ ਦੀ ਕਿਸਾਨ ਐਂਥਮ ਗਾਣੇ 'ਚ, ਅਤੇ ਉਹਨੇ ਆਪਣਾ ਵੀਡੀਓ ਐਡੀਟਰ ਜਾਂ ਉਹਨਾਂ ਦੇ ਕਿਸੇ ਸੀਨੀਅਰ ਆਰਟਿਸਟ ਨੂੰ ਉਹਨੇ ਮੈਸੇਜ ਕਰਿਆ ਵੀ ਤੁਹਾਨੂੰ ਮੇਰੀ ਵੀਡੀਓ ਲਿੱਤੀ ਆ ਹੈ ਨਾ, ਕਲਿੱਪ ਲਈ ਆ, ਅਤੇ ਨਾ ਤੁਹਾਨੂੰ ਕੋਈ ਕ੍ਰੈਡਿਟ ਦਿੱਤਾ, ਨਾ ਤੁਹਾਨੂੰ ਐਂ ਲਿਖਿਆ ਵੀ ਇਹਦੀ ਡੋਨੇਸ਼ਨ ਜਾਊਗੀ ਆ ਗਾਣੇ ਦਾ ਰੈਵਨਿਊ ਕਿਸਾਨਾਂ ਨੂੰ, ਤਾਂ ਕਰਕੇ ਉਹਨੂੰ ਇੱਥੋਂ ਹੋ ਗਿਆ। ਫਿਰ ਉਹਨੇ ਕਾਪੀਰਾਈਟ ਦੇ ਤਾ, ਅਤੇ ਕਾਪੀਰਾਈਟ ਦਾ ਉਹਦਾ ਕੱਲ੍ਹ ਰਾਤ ਸਵੀਕਾਰ ਕਰ ਲਿਆ ਸੀ, ਅਕਸੈਪਟ ਹੈ ਨਾ, ਫਿਰ ਕੱਲ੍ਹ ਕਿੰਨੀ ਤਰੀਕ ਸੀ 15 ਤਰੀਕ ਨੂੰ ਅਕਸੈਪਟ ਕਰਿਆ, ਅਤੇ ਅੱਜ ਗਾਣਾ ਟੇਕ ਡਾਊਨ ਕਰਤਾ। ਤਾਂ ਸਾਰੀ ਸਟੋਰੀ ਆਹ ਸੀ ਯਾਰ, ਇਹ ਕਿਤੇ ਨਾ ਕਿਤੇ ਆਪਾਂ ਜੇ ਆਪਾਂ ਗਲਤ ਸੋਚ ਰਹੇ ਵੀ ਪ੍ਰਗਟ ਗਲਤ ਆ, ਪ੍ਰਗਟ ਗਲਤ ਨਹੀਂ, ਕਿਉਂਕਿ ਆਪਾਂ ਜੇ ਉਹਦੀ ਥਾਂ 'ਤੇ ਹੋ ਕੇ ਸੋਚੀਏ ਵੀ ਉਹਨੇ ਕਿਉਂ ਕਾਪੀਰਾਈਟ ਦਿੱਤਾ, ਤਾਂ ਆਪਾਂ ਨੂੰ ਆਪਦੇ ਆਪ ਨੂੰ ਸਹੀ ਲੱਗਾਂਗੇ, ਕਿਉਂਕਿ ਉਹ ਆਪ ਉਹਦੀ ਕਾਪੀਰਾਈਟ ਦੇ ਦਿਆਂਗੇ ਵੀ ਉਹਨੇ ਸਕਰੀਨਸ਼ੋਟ ਵੀ ਪਾਇਆ ਨਾ ਇੰਨੇ ਬਲੌਗਾਂ ਦਾ,
ਕਹਿੰਦਾ ਮੈਨੂੰ ਵੀ ਦੱਸਿਆ ਸੀ ਪਰਸਨਲੀ ਵੀ ਇੰਨੇ ਗਾਣਿਆਂ 'ਤੇ ਮੈਂ ਇੱਕ ਵੀ ਅਰਨਿੰਗ ਨਹੀਂ ਕੀਤੀ ਇੰਨੇ ਇੰਨੇ ਲੱਖਾਂ ਵਿਊ ਵਾਲਿਆਂ 'ਤੇ ਅਤੇ ਆਪ ਇਹ ਕਿਵੇਂ ਕਾਪੀਰਾਈਟ ਦੇ ਦਿੰਦੇ ਨੇ ਅਤੇ ਆਪਣੇ ਬਾਰੇ ਇਹ ਕਿਵੇਂ ਕਰਦੇ ਨੇ ਆਪਾਂ ਨੂੰ ਆਇਆ ਅਤੇ ਉਹ ਤੋਂ ਬਾਅਦ ਜੇ ਜੋ ਵੀ ਇਹ ਗਾਣਾ ਸੀ ਜੇ ਇਹਨੂੰ ਵੀ ਮੈਂ ਆਪਣੇ ਬਲੌਗ 'ਚ ਯੂਜ਼ ਕਰਦਾ ਇਹਦਾ ਵੀ ਮੈਨੂੰ ਕਾਪੀਰਾਈਟ ਆ ਜਾਂਦਾ ਨਾਲੇ ਮੇਰੀ ਫੁਟੇਜ ਯੂਜ਼ ਕੀਤੀ ਹੋਈ ਸੀ ਤਾਂ ਕਰਕੇ ਉਹਨੇ ਕਾਪੀਰਾਈਟ ਸਟ੍ਰਾਈਕ ਦਿੱਤੀ ਹੈ ਬਾਕੀ ਉਹਨੇ ਲਾਈਵ ਬੋਲਿਆ ਸੀ ਅੱਜ ਹੈ ਨਾ ਲਾਈਵ ਹੋਇਆ ਸੀ ਅੱਜ 16 ਤਰੀਕ ਅਤੇ ਆਪਣਾ ਦੇਖ ਲਿਓ ਉਹਦੇ ਇੰਸਟਾਗ੍ਰਾਮ 'ਤੇ ਲਾਈਵ ਮੈਂ ਇੱਥੇ ਨਾਮ ਮੈਨਸ਼ਨ ਕਰਦਾ ਉੱਥੇ ਜ਼ਰੂਰ ਚੈੱਕ ਕਰੋ ਵੀ ਉਹਨੇ ਸਾਰੀ ਸਟੋਰੀ ਦੱਸੀ 18-19 ਮਿੰਟ 'ਚ ਤਾਂ ਇੰਨਾ ਕੁ ਸੀ ਯਾਰ ਬਲੌਗ ਛੋੜਤੀਗਾ ਕਿਉਂਕਿ ਲਾਈਕ ਕਰੋ ਕਮੈਂਟ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਇਨਫੋਰਮੇਸ਼ਨ ਸੀ ਬਸ ਇੰਨੀ ਕੁ